ਸਵਾਗਤ ਹੈ ਦੋਸਤੋ ਤੁਸੀਂ ਜੁੜ ਚੁੱਕੇ ਹੋ ਹੁਸ਼ਾਰਪੁਰ ਨਿਊਜ਼ ਤੇ ਨਾਲ ਤੇ ਮੈਂ ਹਾਂ ਚੇਤਨ ਕਸ਼ਪ ਇੱਕ ਵਾਰ ਫਿਰ ਤੋਂ ਸਟੂਡੀਓ ਰੂਮ ਰਾਹੀਂ ਤੁਹਾਡੇ ਸਾਹਮਣੇ ਰੂਬਰੂ ਹੋਇਆ ਸੋ ਤਸਵੀਰਾਂ ਅੱਜ ਤੁਹਾਨੂੰ ਹੁਸ਼ਾਰਪੁਰ ਦੇ ਸਰਕਾਰੀ ਹਸਪਤਾਲ ਦੀਆਂ ਦਿਖਾਵਾਂਗੇ ਤੇ ਉੱਥੋਂ ਦੇ ਹਾਲਾਤਾਂ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਸੋ ਇਹ ਜੋ ਤਸਵੀਰਾਂ ਤੁਸੀਂ ਸਕਰੀਨ ਤੇ ਚੱਲਦੀਆਂ ਵੇਖ ਰਹੇ ਹੋ ਇਸ ਤੋਂ ਸਹਿਜ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹ ਹੁਸ਼ਾਰਪੁਰ ਦਾ ਕੋਈ ਸਰਕਾਰੀ ਹਸਪਤਾਲ ਹੈ ਜਾਂ ਫਿਰ ਕੋਈ ਟੈਕਸੀ ਸਟੈਂਡ ਕਿਉਂਕਿ ਹੁਸ਼ਾਰਪੁਰ ਸਿਵਲ ਹਸਪਤਾਲ ਦੇ ਵਿੱਚ ਜਿਸ ਤਰ੍ਹਾਂ ਇਹ ਗੱਡੀਆਂ ਦੀ ਪਰਮਾਰ ਉੱਥੇ ਲਗਾਤਾਰ ਵੇਖਣ ਨੂੰ ਮਿਲਦੀ ਹੈ ਉਸ ਤੋਂ ਸਹਿਜੇ ਇਹ ਤਸਵੀਰਾਂ ਵੇਖ ਕੇ ਸਹਿਜੇ ਕਿਹਾ ਜਾ ਸਕਦਾ ਹੈ ਕਿ ਇਹ ਹੁਸ਼ਾਰਪੁਰ ਦਾ ਕੋਈ ਸਰਕਾਰੀ ਹਸਪਤਾਲ ਨਹੀਂ ਬਲਕਿ ਕੋਈ ਵੱਡਾ ਟੈਕਸੀ ਸਟੈਂਡ ਹੈ ਜਿੱਥੋਂ ਕੋਈ ਰਾਗੀਰ ਆਉਂਦੇ ਨੇ ਗੱਡੀਆਂ ਕਰਦੇ ਨੇ ਤੇ ਚਲੇ ਜਾਂਦੇ ਨੇ ਸੋ ਅੱਜ ਅਦਾਰਾ ਹੁਸ਼ਾਰਪੁਰ ਨਿਊਜ਼ ਵੱਲੋਂ ਹੁਸ਼ਾਰਪੁਰ ਦੇ ਸਰਕਾਰੀ ਹਸਪਤਾਲ ਦਾ ਜਦੋਂ ਦੌਰਾ ਕੀਤਾ ਗਿਆ ਤਾਂ ਉੱਥੇ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀਆਂ ਗੱਡੀਆਂ ਵੇਖਣ ਨੂੰ ਮਿਲੀਆਂ ਸੋ ਇਹਨਾਂ ਵਿੱਚੋਂ ਦੱਸਿਆ ਜਾ ਰਿਹਾ ਕਿ ਉੱਥੇ ਜਿੰਨਾ ਵੱਲੋਂ ਠੇਕਾ ਲਿਆ ਗਿਆ ਟੈਕਸੀਆਂ ਦਾ ਮਾਫੀ ਚਾਹੁੰਦਾ ਜੋ ਸਾਈਕਲ ਸਟੈਂਡ ਦਾ ਠੇਕ ਉਹ ठेकेदार ਤਾਂ ਜੋ ਕਰਿੰਦੇ ਨੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਹੈ ਕਿ ਭਾਈ ਸਾਹਿਬ ਜਿਹੜੀਆਂ ਜ਼ਿਆਦਾਤਰ ਗੱਡੀਆਂ ਜਾਂਦੀਆਂ ਨੇ ਉਹ ਅਫਸਰਾਂ ਦੀਆਂ ਜਾਂਦੀਆਂ ਨੇ ਡਾਕਟਰਾਂ ਦੀਆਂ ਜਾਂਦੀਆਂ ਨੇ ਜਾਂ ਹੋਰ ਜਿਹੜੇ ਅਫਸਰਾਂ ਦੇ ਜਾਂ ਡਾਕਟਰਾਂ ਦੇ ਕਰੀਬੀ ਨੇ ਰਿਸ਼ਤੇਦਾਰ ਨੇ ਉਹਨਾਂ ਦੇ ਦੋਸਤ ਮਿੱਤਰ ਨੇ ਜਾਂ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੇ ਨਾਲ ਭਾਈਚਾਰਕ ਸਾਂਝ ਹੈ ਉਹਨਾਂ ਲੋਕਾਂ ਦੀਆਂ ਗੱਡੀਆਂ ਜਿਹੜੀਆਂ ਉਹ ਜ਼ਿਆਦਾਤਰ ਅੱਗੇ ਜਾਂਦੀਆਂ ਨੇ ਕਿਉਂਕਿ ਸਿੱਧੇ ਤੌਰ ਤੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਆਮ ਲੋਕਾਂ ਨੂੰ ਜਦੋਂ ਅਸੀਂ ਦੱਸਦੇ ਹਾਂ ਤਾਂ ਉਹਨਾਂ ਵਿੱਚੋਂ ਬਹੁਤ ਅਜੀਹ ਘੱਟ ਲੋਕ ਹੁੰਦੇ ਨੇ ਜੋ ਉਹਨਾਂ ਦੇ ਨਾਲ ਬਹਿਸ ਕਰਦੇ ਨੇ ਜਾਂ ਕਿਸੇ ਵੀ ਤਰ੍ਹਾਂ ਦੇ ਵਿਵਾਦ ਦੇ ਵਿੱਚ ਪੈਂਦੇ ਨੇ ਤੇ ਜ਼ਿਆਦਾਤਰ ਲੋਕ ਆ ਜਿਹੜੇ ਉਹ ਜੋ ਸਟੈਂਡ ਬਣਾਇਆ ਗਿਆ ਹੈ ਜੋ ਸਾਈਕਲ ਸਟੈਂਡ ਬਣਾਇਆ ਗਿਆ ਉੱਥੇ ਹੀ ਆਪਣੀਆਂ ਗੱਡੀਆਂ ਨੂੰ ਖੜੀਆਂ ਕਰਕੇ ਚਾਹੇ ਦੋ ਪਹੀਆ ਵਾਹਨ ਨੇ ਚਾਹੇ ਚਾਰ ਪਹੀਆ ਵਾਹਨ ਨੇ ਉਸੇ ਥਾਂ ਤੇ ਖੜੀਆਂ ਕਰਕੇ ਉਹ ਆਪਣੇ ਕੰਮ ਨੂੰ ਜਾਂਦੇ ਨੇ ਚਾਹੇ ਉਹਨਾਂ ਨੇ ਆਪਣਾ ਇਲਾਜ ਕਰਵਾਉਣਾ ਹੋਵੇ ਓਪੀਡੀ 'ਚ ਜਾਣਾ ਹੋਵੇ ਜਾਂ ਸਿਵਲ ਸਰਜਨ ਦਫ਼ਤਰ ਨੂੰ ਜਾਣਾ ਹੋਵੇ ਸੋ ਤਸਵੀਰਾਂ ਤੁਹਾਨੂੰ ਨਾਲ ਦੇ ਨਾਲ ਦਿਖਾ ਰਹੇ ਹਾਂ ਹੁਸ਼ਾਰਪੁਰ ਦੇ ਸਰਕਾਰੀ ਹਸਪਤਾਲ ਦੀਆਂ ਚਾਹੇ ਆਪਾਂ ਐਮਰਜੈਂਸੀ ਦੇ ਇਹ ਬਾਹਰ ਦੀ ਗੱਲ ਕਰ ਲਈਏ ਚਾਹੇ ਆਪਾਂ ਇਹ ਪਿੱਛੇ ਜਿੱਧਰ ਅੱਖਾਂ ਦਾ ਵਿਭਾਗ ਆ ਉਸਤਾ ਦੀ ਗੱਲ ਕਰੀਏ ਹਸਪਤਾਲ ਸਰਜਨ ਦਫ਼ਤਰ ਦੀ ਗੱਲ ਕਰੀਏ ਤਾਂ ਹਰ ਥਾਂ ਤੁਹਾਨੂੰ ਗੱਡੀਆਂ ਦੀ ਪਰਮਾਰ ਆ ਜਿਹੜੀ ਉਹ ਆਮ ਹੀ ਵਿਖਾਈ ਦੇਵੇਗੀ ਸੋ ਠੇਕੇਦਾਰ ਨੇ ਜਾਣ ਠੇਕੇਦਾਰ ਦੇ ਕਰਿੰਦੇ ਨੇ ਜਾਣਕਾਰੀ ਦਿੱਤੀ ਹੈ ਕਿ ਜੋ ਉਹਨਾਂ ਦੇ ਨਾਲ ਠੇਕਾ ਹੁੰਦਾ ਉਸ ਵਿੱਚ ਇਹ ਸਿੱਧੇ ਤੌਰ ਤੇ ਲਿਖਿਆ ਹੁੰਦਾ ਕਿ ਕਿਸੇ ਵੀ ਵਿਅਕਤੀ ਦੀ ਚਾਹੇ ਉਹ ਡਾਕਟਰ ਹੈ ਚਾਹੇ ਅਫਸਰ ਹੈ ਕਿਸੇ ਵੀ ਵਿਅਕਤੀ ਦੀ ਗੱਡੀ ਹੈ ਜਿਹੜੀ ਉਹ ਅੱਗੇ ਨਹੀਂ ਜਾਵੇਗੀ ਅੱਗੇ ਜੇਕਰ ਕੋਈ ਵਾਹਨ ਜਾਵੇਗਾ ਤਾਂ ਸਿਰਫ ਸਿਰਫ ਐਂਬੂਲੈਂਸੀ ਜਾ ਸਕੇਗੀ ਜੋ ਕਿ ਮਰੀਜ਼ਾਂ ਨੂੰ ਲੈ ਕੇ ਆਉਣ ਦਾ ਕੰਮ ਕਰਦੀ ਹੈ ਜਾਂ ਲੈ ਕੇ ਜਾਣ ਦਾ ਕੰਮ ਕਰਦੀ ਹੈ ਸੋ ਹਸਪਤਾਲ ਦੇ ਇਹ ਅਮਰਜੈਂਸੀ ਦੇ ਬਾਹਰ ਇੱਕ ਵੱਡਾ ਬੋਰਡ ਵੀ ਲਗਾਇਆ ਹੋਇਆ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਕਿ ਹਸਪਤਾਲ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗੱਡੀ ਹੈ ਜਿਹੜੀ ਉਹ ਲੈ ਕੇ ਜਾਣੀ ਮੰਨ ਹੈ ਪ੍ਰੰਤੂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਅਮਰਜੈਂਸੀ ਦੇ ਬਾਹਰ ਲੀਆਂ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਇਹ ਬੋਰਡ ਲੱਗਿਆ ਹੋਇਆ ਹਸਪਤਾਲ ਪ੍ਰਸ਼ਾਸਨ ਵੱਲੋਂ ਲਗਾਇਆ ਹੋਇਆ ਹੈ ਕਿ ਉੱਥੇ ਗੱਡੀਆਂ ਕਿੰਨੀਆਂ ਕੋ ਖੜੀਆਂ ਨੇ ਸੋ ਇਹ ਤਸਵੀਰਾਂ ਤੁਹਾਨੂੰ ਨਾਲ ਦੇ ਨਾਲ ਆਪਾਂ ਲਾਈਵ ਦਿਖਾ ਰਹੇ ਹਾਂ ਕੋਈ ਝੂਠੀਆਂ ਤਸਵੀਰਾਂ ਨਹੀਂ ਨੇ ਬਲਕਿ ਅੱਜ ਹੀ ਇਹ ਮੇਰੇ ਵੱਲੋਂ ਆਪਣੇ ਕੈਮਰੇ ਦੇ ਵਿੱਚ ਕੈਦ ਕੀਤੀਆਂ ਗਈਆਂ ਤਸਵੀਰਾਂ ਨੇ ਸੋ ਕਈ ਵਾਰ ਤਾਂ ਗੱਡੀਆਂ ਦੀ ਭੀੜ ਇੰਨੀ ਕੁ ਜ਼ਿਆਦਾ ਹੁੰਦੀ ਹੈ ਜੋ ਅੱਜ ਦੇ ਇਨ੍ਹਾਂ ਜਾਂ ਗਿੰਤਿਆਂ ਮਿੰਟਿਆਂ ਨਾਲੋਂ ਕਈ ਗੁਣਾ ਜਿਹੜੀ ਜ਼ਿਆਦਾ ਹੁੰਦੀ ਹੈ ਸੋ ਇਸ ਤੋਂ ਵੀ ਵੱਡਾ ਸਵਾਲ ਹੈ ਕਿ ਰਿੰਦੇ ਨੇ ਜਾਣਕਾਰੀ ਦਿੱਤੀ ਹੈ ਕਿ ਜੇਕਰ ਭਾਜੀ ਹਸਪਤਾਲ ਦੇ ਪ੍ਰਬੰਧਕ ਹੈ ਹਸਪਤਾਲ ਦੇ ਅਫਸਰ ਹੀ ਕਾਨੂੰਨ ਦੀਆਂ ਨਿਯਮਾਂ ਦੀਆਂ ਤੱਜੀਆਂ ਉਡਾਉਣਗੇ ਤਾਂ ਅਸੀਂ ਆਮ ਲੋਕਾਂ ਤੋਂ ਕੀ ਉਮੀਦ ਕਰਨਗੇ ਸੋ ਉਸ ਕਰਮਚਾਰੀ ਦੀ ਗੱਲਬਾਤ ਵੀ ਬਿਲਕੁਲ ਸਹੀ ਹੈ ਕਿਉਂਕਿ ਹਸਪਤਾਲ ਦੇ ਜਿਹੜੇ ਸੀਨੀਅਰ ਅਫਸਰ ਨੇ ਉਹਨਾਂ ਦੀ ਗੱਡੀ ਵੀ ਜਿਹੜੀ ਉਹ ਬਕਾਇਦਾ ਉਸੇ ਥਾਂ ਤੋਂ ਹੋ ਕੇ ਗੁਜ਼ਰਦੀ ਹੈ ਜਿੱਥੇ ਕਿ ਮਨਾਹੀ ਦਾ ਬੋਰਡ ਲੱਗਾ ਹੋਇਆ ਔਰ ਸਿਕਿਉਰਿਟੀ ਦਿੱਤੀ ਗਈ ਹੈ ਜੀ ਉਹਨਾਂ ਦੀ ਗੱਡੀ ਨੂੰ ਜੋ ਸੀਨੀਅਰ ਅਫਸਰ ਨੇ ਜੰਗਲੇ ਦੇ ਨਾਲ ਬੰਨ ਕੇ ਗੱਡੀ ਪਹਿਲਾਂ ਖੜੀ ਕੀਤੀ ਜਾਂਦੀ ਹੈ ਫਿਰ ਉਹਦੇ ਆਸ-ਪਾਸ ਜਿਹੜਾ ਉਹ ਜੰਗਲਾ ਲਗਾਇਆ ਜਾਂਦਾ ਸੋ ਹਸਪਤਾਲ ਦੇ ਪ੍ਰਬੰਧਕਾਂ ਨੂੰ ਮੈਂ ਕਹਿਣਾ ਚਾਹਾਂਗਾ ਕਿ ਜੇਕਰ ਤੁਸੀਂ ਆਪਣੇ ਹਸਪਤਾਲ ਦੇ ਕਾਨੂੰਨ ਦੀਆਂ ਨਿਜਮਾ ਦੁਨਿਆ ਕਾਨੂੰਨ ਕਾਇਦਨ ਨੂੰ ਨਹੀਂ ਮੰਨੋਗੇ ਤਾਂ ਫਿਰ ਤੁਸੀਂ ਆਮ ਲੋਕਾਂ ਨੂੰ ਕਾਨੂੰਨ ਦਾ ਪਾਠ ਨਿਜਮਾ ਦਾ ਪਾਠ ਕਿਵੇਂ ਪੜ੍ਹਾ ਸਕਦੇ ਹੋ ਕਿਉਂਕਿ ਹਸਪਤਾਲ ਦੇ ਵਿੱਚ ਉਹੀ ਵਿਅਕਤੀ ਆਉਂਦਾ ਜੋ ਬਿਮਾਰ ਹੁੰਦਾ ਹੈ ਜਾਂ ਹੋਰ ਕਿਸੇ ਨੇ ਵੀ ਆਪਣੇ ਤਰ੍ਹਾਂ ਦੇ ਕੋਈ ਸਰਟੀਫਿਕੇਟ ਨੂੰ ਲੈ ਕੇ ਜਾ ਕੋਈ ਕਾਗਜ਼ੀ ਪੱਤਰੀ ਕੰਮ ਕਰਵਾਉਣੇ ਹੁੰਦੇ ਨੇ ਸੋ ਐਂਬੂਲੈਂਸ ਤੋਂ ਇਲਾਵਾ ਜੇਕਰ ਐਂਬੂਲੈਂਸ ਵੀ ਆਉਂਦੀ ਔਰ ਇਸ ਤੋਂ ਵੀ ਵੱਡੀ ਗੱਲ ਹੈ ਕਿ ਐਮਰਜੈਂਸੀ ਦੇ ਬਾਅਦ ਹਰ ਵਕਤ ਜਿਹੜੇ ਸਿਕਿਉਰਟੀ ਸੁਰੱਖਿਆ ਗਾਰ ਕਰਮਚਾਰੀ ਜਿਹੜੇ ਮੌਜੂਦ ਹੁੰਦੇ ਨੇ ਤਾਂ ਕਈ ਵਾਰ ਮੈਂ ਆਪਣੀ ਅੱਖੀਂ ਵੇਖਿਆ ਉਹਨਾਂ ਵੱਲੋਂ ਪਾਠ ਪੜਾਇਆ ਜਾਂਦਾ ਹੈ ਕਿ ਇੱਥੇ ਦੇਖੋ ਜੀ ਬੋਰਡ ਲੱਗਿਆ ਹੈ ਗੱਡੀ ਨਹੀਂ ਲਗਾਨੀ ਹੈ ਆਪਣੇ ਦੋ ਪਹੀਆ ਵਾਹਨ ਸਕੂਟਰ ਮੋਟਰਸਾਈਕਲ ਐਕਟਿਵ ਹੈ ਇਸ ਥਾਂ ਤੇ ਤੁਸੀਂ ਖੜੇ ਨਹੀਂ ਕਰ ਸਕਦੇ ਹੋ ਪਰੰਤੂ ਇਹ ਜਿਹੜਾ ਪਾਠ ਹੈ ਇਹ ਸਿਰਫ ਉਹਨਾਂ ਲੋਕਾਂ ਨੂੰ ਪੜਾਇਆ ਜਾਂਦਾ ਜੋ ਆਮ ਲੋਕ ਹੁੰਦੇ ਨੇ ਜੋ ਗਰੀਬ ਗੁਰਵੇ ਇਹ ਤਬਕਾ ਹੁੰਦਾ ਉਹਨਾਂ ਲਈ ਇਹ ਕਾਨੂੰਨ ਇਹ ਨਿਯਮ ਹਸਪਤਾਲ ਪ੍ਰਸ਼ਾਸਨ ਵੱਲੋਂ ਕੀ ਬਣਾਏ ਗਏ ਨੇ ਮੈਂ ਤਾਂ ਇਹ ਸਵਾਲ ਪੁੱਛਣਾ ਚਾਹਾਂਗਾ ਹਸਪਤਾਲ ਦੇ ਪ੍ਰਬੰਧਕਾਂ ਵੱਲੋਂ ਕਿ ਤੁਸੀਂ ਆਪਣੇ ਆਪ ਨੂੰ ਆਮ ਲੋਕਾਂ ਤੋਂ ਲੱਗ ਮੰਨਦੇ ਹਾਂ ਆਪਣੇ ਐਪ ਨੂੰ ਕਿ ਤੁਹਾਡੇ ਤੇ ਕਿਸੇ ਵੀ ਤਰ੍ਹਾਂ ਦਾ ਕੋਈ ਕਾਨੂੰਨ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਨਿਯਮ ਹੈ ਉਹ ਨਹੀਂ ਟੁੱਕਦਾ ਸ਼ਾਇਦ ਨਹੀਂ ਟੁੱਕਦਾ ਹੋਵੇਗਾ ਤਾਂ ਹੀ ਅਫਸਰਾਂ ਦੀਆਂ ਗੱਡੀਆਂ ਜਿਹੜੀਆਂ ਉਹ ਸਿੱਧੀਆਂ ਹਸਪਤਾਲ ਦੇ ਅੰਦਰ ਜਾਂਦੀਆਂ ਨੇ ਤਾਂ ਆਮ ਲੋਕਾਂ ਨੂੰ ਸੁਰੱਖਿਆ ਕਰਮਚਾਰੀਆਂ ਵੱਲੋਂ ਜਿਹੜਾ ਫਿਰ ਕਾਨੂੰਨ ਦਾ ਸਿੱਖਿਆ ਦਾ ਨਿਯਮਾ ਦਾ ਪਾਠ ਪੜਾਇਆ ਜਾਂਦਾ ਸੋ ਮੈਂ ਹਸਪਤਾਲ ਦੇ ਪ੍ਰਬੰਧਕਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਪਹਿਲਾਂ ਤੁਸੀਂ ਆਪ ਕਾਨੂੰਨ ਨੂੰ ਫੋਲੋ ਕਰੋ ਆਪ ਨਿਯਮਾਂ ਨੂੰ ਮੰਨੋ ਫੇਰੀ ਤੁਹਾਡੇ ਪਿੱਛੇ ਲੱਗ ਕੇ ਆਮ ਲੋਕ ਵੀ ਤੁਹਾਡੇ ਕਰਮਚਾਰੀ ਵੀ ਉਹਨਾਂ ਕਾਨੂੰਨਾਂ ਨੂੰ ਉਹਨਾਂ ਨਿਯਮਾਂ ਨੂੰ ਆਪਣੇ ਆਪ ਤੇ ਲਾਗੂ ਕਰਨਗੇ ਉਹਨਾਂ ਦੀ ਪਾਲਣਾ ਕਰਨਗੇ ਸੋ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਰਹੋ ਹਰਪਰ ਨਿਊਜ਼ ਦੇ ਨਾਲ